ਫਿਰ ਬੜੀ ਮੁਸ਼ਕਲਾਂ ਨਾਲ ਪੰਜਾਬ ਨੂੰ ਅੱਤਵਾਦ ਦੀ ਇਸ ਕਾਲੀ ਹਨੇਰੀ ਚੋਂ ਕੱਢ ਕੇ ਲਿਆਏ ਸੀ ਅਸੀਂ, ਪਰ ਹੁਣ ਨਸ਼ੇ ਦੇ ਚਿੱਟੇ ਬੱਦਲਾਂ ਨੇ ਘੇਰ ਲਿਆ। ਉਹ ਤੇ ਸਟੂਡੈਂਟ ਹੈ, ਇੱਕ ਵਾਰੀ ਵਾਰਨਿੰਗ ਦੇ ਕੇ ਛੱਡ ਦਿੰਦੇ ਤੇ। ਐਗਜ਼ਾਮ ਮੈਂ ਚੀਟਿੰਗ ਨਹੀਂ ਕਰ ਰਿਹਾ ਥਾ, ਚਿੱਟਾ ਬੇਚਾ ਦਾ ਤੇਰਾ ਭਰਾ। ਉਹ ਸਰੀ ਤੂੰ ਚਿੰਤਾ ਨਾ ਕਰੀ, ਮੈਂ ਕਰਦਾ ਕੁਝ। ਗੁਰਨਾਮ, ਜਿਹੜੀ ਅੱਗ ਅੱਜ ਤੇਰੇ ਘਰ ਲੱਗੀ ਹੈ ਨਾ, ਉਹੀ ਅੱਗ ਆਹਿਸਤਾ ਆਹਿਸਤਾ ਸਾਰੇ ਪੰਜਾਬ ਨੂੰ ਸਾੜ ਰਹੀ। ਬੋਲ, ਬਣੇਗਾ ਮੇਰੇ ਲਈ ਇੱਕ ਵਾਰੀ ਫੇਰ ਕੈਟ? ਅਗਰ ਜਨਤਾ ਕੇ ਮਨ ਮੇ ਹਮਾਰੇ ਖਿਲਾਫ ਸਵਾਲ ਪੈਦਾ ਹੋ ਗਏ ਤੋ ਜਵਾਬ ਤੋ ਦੇਨੇ ਪੜੇਗੇ। ਤੈਨੂੰ ਉਹਨਾਂ 'ਚ ਰਲ ਕੇ ਉਹਨਾਂ ਦੀ ਹਰ ਐਕਟੀਵਿਟੀ ਦੀ ਇਨਫੋਰਮੇਸ਼ਨ ਮੇਰੇ ਤੱਕ ਪਹੁੰਚਾਉਣੀ। ਨਾ ਕੀ ਤੇਰਾ? ਗੁਰਨਾਮ ਸਿੰਘ। ਡੈਡੀ, ਸਾਨੂੰ ਨਵਾਂ ਬੰਦਾ ਨਹੀਂ ਪਾਉਣਾ ਚਾਹੀਦਾ। ਕੁਝ ਨਹੀਂ ਹੁੰਦਾ, ਤੇਰੇ ਹੋਇਆ ਹੈ ਨਾ ਇਹਦਾ ਛੋਟਾ ਭਰਾ ਸਨੀ। ਐਫਡੀ ਨੂੰ ਉਸੇ 'ਚ ਮਿਕਸ ਕਰਕੇ ਕੈਨੇਡਾ ਭੇਜੀ ਜਾ ਰਹੀ ਹੈ। ਆਪ ਵਹੀ ਦੇਖ ਰਹੇ, ਵਹੀ ਸਮਝ ਰਹੇ ਹੈ ਜੋ ਵੋ ਬੰਦਾ ਆਪਕੋ ਦਿਖਾ ਰਹਾ ਹੈ, ਸਮਝਾ ਰਹਾ ਹੈ। ਕਿਉਂ ਕੀਤਾ ਮੇਰੇ ਨਾਲ? ਤਾਂ